ਉਹਨਾਂ ਨੇ ਦੇਖਣਾ ਜਿਹੜੇ ਇੱਥੋਂ ਗਏ ਹੋ ਆ ਬਜ਼ੁਰਗੋ ਕਿਹੜਾ ਪਿੰਡ ਇਹ ਰਾਸਗੋਆ ਜੀ ਰਾਸਗੋ ਇਹ ਭੋਗਪੁਰ ਕੋਲ ਆ ਨਾ ਜੀ ਹਾਂਜੀ ਤੇ ਜ਼ਿਲ੍ਹਾ ਜਲੰਧਰ ਆ ਤਹਿਸੀਲ ਭੋਗਪੁਰ ਤਹਿਸੀਲ ਵੀ ਜਲੰਧਰ ਆ ਜੀ ਠੀਕ ਆ ਜੀ ਇਹ ਪੁਰਾਣਾ ਪਿੰਡ ਸੀਗਾ ਇਹ ਮੁਸਲਮਾਨਾਂ ਦਾ ਜ਼ਿਆਦਾ ਕੌਣ ਕੌਣ ਰਹਿੰਦੇ ਸੀ ਇੱਥੇ ਕਿਹੜੀ ਕਿਹੜੀ ਬਰਾਦਰੀ ਦੇ ਜ਼ਿਆਦਾ ਮੁਸਲਮਾਨ ਹੀ ਜ਼ਿਆਦਾ ਠੀਕ ਠੀਕ ਕੁਝ ਨਾਂ ਜਿਹੜੇ ਵੱਡੇ ਬੰਦੇ ਸੀ ਠੀਕ ਹੈਗੇ ਆ ਗੁਲਾਮ ਕਾਦਰ ਗੁਲਾਮ ਕਾਦਰ ਝੰਡੇ ਖਾਂ ਝੰਡੇ ਖਾਂ ਮੁਹੰਮਦ ਅਲੀ ਮੁਹੰਮਦ ਅਲੀ ਬਸ਼ੀਰ ਬਸ਼ੀਰ ਰਹਿਮਦ ਠੀਕ ਫਿਰ ਤੇਰਾ ਬੜਾ ਕਰੇ ਬਰਦਰੀ ਠੀਕ ਹੈ ਜੀ ਅਤੇ ਆਹ ਜਿਹੜੀ ਜਗ੍ਹਾ ਜਿੱਥੇ ਆਪਾਂ ਹੁਣ ਖੜ੍ਹੇ ਹਾਂ ਇੱਧਰ ਤਾਂ ਨਹੀਂ ਉਹਨਾਂ ਦਾ ਕੋਈ ਘਰ ਸੀਗਾ ਇਸ ਪਾਸੇ ਨਹੀਂ ਸੀ ਘਰ ਉਹਨਾਂ ਦੇ ਇੱਥੇ ਨਹੀਂ ਸੀ ਪਰ ਇੱਥੇ ਇੱਕ ਬੋਰਡ ਸੀ ਬਹੁਤ ਪੁਰਾਣਾ ਹੈ ਨਾ ਜੀ ਬੋਰਡ ਬਹੁਤ ਵੱਡਾ ਸੀ ਇੱਥੇ ਅੱਛਾ ਜੀ ਇਹ ਉਹ ਜਗ੍ਹਾ ਆ ਜਿੱਥੇ ਕਦੀ ਬੋਰਡ ਹੁੰਦਾ ਸੀ ਠੀਕ ਹੈ ਜੀ ਚਲੋ ਫਿਰ ਆ ਜਾਓ ਅੱਜ ਕੱਲ੍ਹ ਹਾਂਜੀ ਹਾਂਜੀ ਕਿਤੇ ਉਹ ਇਹ ਵੀ ਕਹਿੰਦੇ ਹੁੰਦੇ ਸੀ ਵੀ ਇਹ ਜਿਹੜਾ ਉਹਨਾਂ ਦਾ ਬਜ਼ੁਰਗ ਅੱਲੂ ਬੋਲ ਲਾਇਆ ਸੀ ਕਿਤੇ ਉਹਦੀ ਬਹੁਤ ਵੱਡੀ ਉਮਰ ਸੀ ਕਿਤੇ ਕਹਿੰਦੇ ਸੀ ਜਾਂ ਉਦੋਂ ਪਹਿਲਾਂ ਦਾ ਤੁਹਾਨੂੰ ਪਤਾ ਉਦੋਂ ਨਹੀਂ ਮਰਦਾ ਗਿਆ ਵੀ ਇਹ 47 ਵੇਲੇ ਤੋਂ ਕਿੰਨਾ ਕੁ ਸਾਲ ਪਹਿਲਾਂ ਦਾ ਬੋਰਡ ਸੀ ਇਹ 47 ਤੋਂ ਰੌਲਿਆਂ ਤੋਂ ਬਹੁਤ ਪਹਿਲਾਂ ਦਾ ਸਾਡੇ ਪਹਿਲਾਂ ਦਾ ਸਾਡੇ ਪਹਿਲਾਂ ਦਾ ਚਲੋ ਬਜ਼ੁਰਗੋ ਨਾਲੇ ਤਾਂ ਪਿੰਡ ਘੁੰਮਦੇ ਆ ਅੱਛਾ ਤੇ ਨਾਲ ਨਾਲ ਗੱਲਾਂ ਕਰਦੇ ਆ ਜਾਓ ਆ ਜਾਓ ਇਹ ਦੱਸ ਪਿੰਡ ਦਿਖਾ ਲੈ ਇੱਕ ਮਿੰਟ ਬਜ਼ੁਰਗੋ ਜਿੱਥੇ ਆਪਾਂ ਹੁਣ ਆਏ ਆ ਰਾਸਗੋ ਦੇ ਇਸ ਪਾਸੇ ਤਕਰੀਬਨ ਲਹਿੰਦਾ ਪਾਸਾ ਜਾਂ ਵਿਚਕਾਰ ਜਾ ਆ ਇਹ ਕਿਹਨਾਂ ਦਾ ਘਰ ਸੀਗਾ ਇੱਥੇ ਆ ਗਲੈਂਡੀਆਂ ਦਾ ਅਗਲੈਂਡੀਆਂ ਦਾ ਗਲੈਂਡੀਆਂ ਗਲੈਂਡੀਏ ਗਲੈਂਡੀਏ ਉਹ ਨਾਂ ਕੀ ਸੀ ਉਹਨਾਂ ਦੇ ਬੰਦਿਆਂ ਦੇ ਨਾਂ ਨੂੰ ਤਾਂ ਹੋਇਆ ਇੱਡਾ ਲੰਮਾ ਉਹ ਮੈਂ ਦੱਸਦਾ ਤੈਨੂੰ ਆਹ ਹੈ ਜੀ ਕੋਠੀ ਨਵੀਂ ਅਸੀਂ ਆਪ ਬਣਾਈ ਠੀਕ ਹੈ ਠੀਕ ਹੈ ਛੱਪੜ ਦੇ ਵਿੱਚ ਮਿੱਟੀ ਚੱਕ ਕੇ ਇਹ ਇੱਥੇ ਦਾ ਜਵਾਈ ਸੀਗਾ ਅੱਛਾ ਤਾਂ ਸੀਗਾ ਚਟਾਲੇ ਦਾ ਚਟਾਲੇ ਵਾਲੇ ਦਾ ਓਕੇ ਜੀ ਉਹਦਾ ਨਾਮ ਬਰਦਲੀ ਸੀਗਾ ਜਨਾਨੀ ਦਾ ਨਾਮ ਨਹੀਂ ਆਦਮੀ ਸੀ ਬੜਾ ਮਸ਼ਹੂਰ ਸੀਗਾ ਰਾਜਪੂਤ ਉਹਦਾ ਨਾਮ ਬਰਕਤੀ ਸੀ ਇੱਥੇ ਉਹਦਾ ਘਰ ਸੀ ਘਰ ਉਹਦਾ ਇੱਥੇ ਸੀਗਾ ਘਰ ਉਹਦਾ ਇੱਥੇ ਸੀਗਾ ਉਹ ਸੀ ਝੰਡੇ ਖਾਂ ਉਹ ਸੀ ਝੰਡੇ ਖਾਂ ਉਹ ਜਿੱਥੇ ਜਿੱਥੇ ਬੋਰਡ ਆ ਬਰੋਟਾ ਜਾ ਬੋਰਡ ਤੇ ਪੜਿਆ ਅੱਛਾ ਅੱਛਾ ਲਓ ਜੀ ਆਹ ਇੱਕ ਝੰਡੇ ਖਾਂ ਰਾਜਪੂਤ ਦਾ ਘਰ ਹੈ ਜੀ ਮਸ਼ਹੂਰ ਬੰਦਾ ਸੀ ਇੱਥੇ ਉਹਦਾ ਘਰ ਸੀਗਾ ਕਿੱਡਾ ਕੁ ਵੱਡਾ ਘਰ ਸੀ ਅੱਛਾ ਉਹਨਾਂ ਝੰਡੇ ਖਾਂ ਉਹਨਾਂ ਦੀ ਜ਼ਮੀਨ ਫਿਰ ਬਜ਼ੁਰਗੋ ਕਿਹਨੂੰ ਪਈ ਅੱਛਾ ਅੱਛਾ ਇਹ ਬਰਕਤੀ ਸੀਗਾ ਹਨਾ ਜੀ ਚਲੀਏ ਬਸ਼ੀਰ ਦਾ ਠੀਕ ਬਸ਼ੀਰ ਮੁਸਲਮਾਨ ਜੀ ਰਹਿੰਦੇ ਨਾਮ ਕੀ ਸੀ ਉਹਨਾਂ ਦੇ ਥੋੜਾ ਬਹੁਤਾ ਉਹਦੇ ਨਾਲ ਸੀਗਾ ਬਸ਼ੀਰ ਦਾ ਇਸ ਗਲੀ ਚ ਹੋਰ ਕਿਹੜੇ ਕਿਹੜੇ ਰਹਿੰਦੇ ਸੀ ਬਹੁਤ ਹੀ ਸੌ ਸਾਲ ਹੋ ਗਿਆ ਠੀਕ ਹੈ ਬਹੁਤ ਡਬਲ ਸੀ ਵਿੱਚ ਆ ਸੀ
झंडे खान का सब तो वड्डा घर ओहदा सी झंडे खान दा मशहूर आदमी और जमीन भी सब तो वध ओहदी होनी आ शरीफ ओ भी राजपूत सी गा मुसलमान खत्री हिंदू हैगा बुजुर्ग ठीक अच्छा इथे तकिया सी जी लेंदा पासा हां जी ठीक ईद वगैरा नू ईदगाह किथे हुंदी सी जिथे ईद नू नमाज किसे खास ते करदे सी खास बड़ एनु कर लियो मुंह प्लीज हां जी ईदगाह किथे सी जिदा ईद नू खास तौर ते खानगा ते ठीक है ओ चलो जी ठीक है गुलाम कादर दा घर ठीक है जी बुजुर्गां दी याददाश्त काफी है जी लो जी जिथे राजपूत वसदे सी उत्थे अज ढिल्लो जट वस रहे जी हां जी ਧੋਬਿਆਂ ਦੀ ਮਸਜਿਦ ਵੱਖਰੀ ਸੀ ਕੀ ਨਾਂ ਸੀ ਉਹਨਾਂ ਦੇ ਧੋਬਿਆਂ ਚੋਂ ਦੋ ਚਾਰ ਬੰਦਿਆਂ ਦੇ ਤੁਰਕੇ ਉਹ ਸਿਰੇ ਤੱਕ ਆਦਮੀਆਂ ਦੇ ਆ ਉਹਨਾਂ ਦੇ ਘਰ ਸੀ ਤਿੰਨਾ ਭਰਾਵਾਂ ਐਡੇ ਬੜੇ ਕੀ ਨਾਂ ਸੀ ਦਿਲਦਾਰ ਸਰਦਾਰ ਅਹਿਮਦ ਤਿੰਨੇ ਭਰਾ ਦਿਲਦਾਰ ਸਰਦਾਰ ਸਰਦਾਰ ਅਹਿਮਦ ਵਾਹ ਜੀ ਵਾਹ ਇਹ ਵੀ ਰਾਜਪੂਤ ਹੀ ਸੀਗੇ ਰਾਜਪੂਤ ਸੀਗੇ ਵੱਡੇ ਘਰ ਸੀ ਕਾਫੀ ਉਹਨਾਂ ਦੇ ਸੋਹਣੇ ਸੀ ਵਾਹ ਜੀ ਵਾਹ ਇਹ ਕਬਰਾਂ ਉਹਨਾਂ ਦੀਆਂ ਹੈ ਜੀ पढ़ के सुनाओ जी बुजुर्गो पढ़ के सुनाओगे ओ मना पढ़ के दस्यो की लिखिया या दस्यो ए जी बीबी एम दी बीबी एम दी अच्छा जी बीबी एम दी डॉक्टर ए डॉक्टर रोजा मधुर चौधरी
ਨਿਆਮਤ ਖਾਂ ਬੀਏ ਜਿਹੜੀ ਕਿ ਚੌਧਰੀ ਸਬ ਜੱਜ ਸੀ ਉਹਦੀ ਕੁੜੀ ਸੀਗੀ। ਵਾਹ ਜੀ ਵਾਹ। ਨਿਆਮਤ ਖਾਂ ਬੀ ਏ ਜੀ 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 ਆਜੋ ਜੀ ਫਿਰ ਬਜ਼ੁਰਗਾਂ ਨਾਲ ਗੱਲ ਕਰਦੇ। ਅਮਰ ਚੰਦ ਦੇ ਬਾਪ ਦਾ ਨਾਂ ਅਮੀ ਚੰਦ ਅਮਰ ਚੰਦ ਦਾ ਬਾਪ ਜਿਹੜਾ ਸੀ ਆਹ ਬਾਪ ਕਿਹਦਾ ਸੀਗਾ? ਅਮਰ ਚੰਦ ਦਾ ਪਿਓ ਦਾ ਨਾਂ ਯਾਦ ਆ? ਬਾਬੇ ਦਾ ਨਾਂ ਬੜਾ ਵੱਡਾ ਬਾਗ ਸੀ ਅੰਬਾਂ ਤੇ ਜਾਮਣਾ ਦਾ ਪੁਰਾਣਾ। ਇੱਕੋ ਇੱਕ ਪਰਿਵਾਰ ਖੱਤਰੀ ਸੀ। ਦੱਸੀ ਜਾਓ ਕਿਹੜੇ ਕਿਹੜੇ ਤੁਹਾਨੂੰ ਯਾਦ ਆ? ਸਾਰੇ ਪਿੰਡ ਦੇ ਨਾਂ ਮੇਰਾ ਯਾਦ ਆ, ਮੈਂ ਅੱਜਾ ਖੜੂਆ। ਚਲੋ ਹਾਂ ਹਾਂ ਜੀ ਹਾਂ ਜੀ ਬੋਲੋ ਕੁਛ। ਇਹਨੂੰ ਵੀ ਪਤਾ ਹੁਣ, ਇਹਨੂੰ ਵੀ ਪਤਾ, ਇਹਨੂੰ ਵੀ ਪਤਾ, ਇਹ ਤੇਰਾ ਹਾਣੀ ਆ, ਇਹ ਹਾਣੀ ਆ ਤੇਰਾ ਹਾਣੀ ਆ। ਮੈਨੂੰ ਨਾਂ ਨਹੀਂ ਪਤਾ, ਇਹ ਇਹਨੂੰ ਤਾਂ ਪਤਾ ਥੋੜਾ ਛੋਟਾ ਮੈਂ ਤੋਂਦਾ। ਆ ਕੋਈ ਨਹੀਂ, ਨਾਂ ਬੋਲੋ ਛੋਟਾ ਮੈਂ ਤਾਂ। ਨਾਂ ਬੋਲੋ ਜੀ। ਮਸ਼ਹੂਰ ਆਦਮੀ ਸੀ ਝੰਡੇ ਖਾਂ। ਹੈ ਝੰਡੇ ਖਾਂ ਮਸ਼ਹੂਰ ਸੀਗਾ? ਹੁਣ ਵਕੀਲ ਸਾਹਿਬ ਸਾਰੇ ਸੀਗੇ, ਝੰਡੇ ਖਾਂ ਸੀਗਾ, ਰਹਿਮਤ ਅਲੀ ਰਹਿਮਤ ਅਲੀ ਜਿਹੜਾ ਚੰਡੇ ਖਾਂ ਸੀਗਾ ਨਾ ਜੀ ਜੀ, ਉਹ ਹੋਰ ਟੱਪਣੇ ਜਿਹੜਾ ਰਹਿਮਤ ਨੀ ਲੰਬੜ ਖਾਂ ਸੀ, ਰਹਿਮਤ ਨੀ ਖਾਂ ਲੰਬੜਦਾਰ, ਉਹਦੇ ਸਾਰੇ ਚੱਲਦੀ ਸੀ ਰਹਿਮਤ ਅਲੀ, ਠੀਕ ਹੈ, ਸਾਰੇ ਚੱਲਦੀ ਸੀ ਰਹਿਮਤ ਖਾਂ ਲੰਬੜਦਾਰ, ਠੀਕ ਹੈ। ਮੈਂ ਤੈਨੂੰ ਆਪਣੀ ਕਹਾਣੀ ਸੁਣਾਉਣਾ ਬਚਪਨ ਦੀ। ਇੱਕ ਮੌਕੇ ਮੈਂ ਉੜਬੜਾ ਨੂੰ ਜਾਣਾ, ਭਾਈ ਨੇ ਘੱਲਿਆ ਮੈਂ ਉੜਬੜਾ ਨੂੰ, ਉੜਬੜਾ ਨੂੰ ਘੱਲਿਆ ਮੈਂ ਮੁੜ ਕੇ ਆਇਆ। ਮੁੜ ਕੇ ਆਇਆ ਸੀ, ਕਿੰਨਾ ਮੈਂ ਛੋਟਾ ਜਿਹਾ ਸੀਗਾ, ਮੈਂ ਇੰਨਾ ਕੁ ਝਗੜਾ ਹੋ ਗਿਆ ਮੇਰਾ ਚੌਂਕ ਚ, ਟਾਂਡੇ ਵਾਲੇ ਚ। ਅੱਛਾ ਜੀ, ਚੌਂਕ ਚ ਝਗੜਾ ਹੋ ਗਿਆ ਨਾ ਮੈਂ ਟਾਂਡੇ ਵਾਲੇ ਚ, ਤਾਂ ਉਹਨੇ ਮੈਨੂੰ ਫੜ ਕੇ ਕੁੱਟਿਆ ਟਾਂਡੇ ਵਾਲਿਆਂ ਨੇ, ਹੋਟਲ ਵਾਲਿਆਂ ਨੇ ਕੁੱਟਿਆ। ਮੈਂ ਹੁਣ ਮੇਰੇ ਚਪੇੜ ਮਾਰੀ, ਮੈਂ ਗਾਲ ਕੱਢੀ ਜਾਵਾਂ ਨਾਲ ਰੋਈ ਜਾਵਾਂ। ਇੱਕ ਘੋੜੇ ਤੇ ਆਇਆ ਬੰਦਾ, ਘੋੜੇ ਤੇ ਬੰਦਾ ਆਇਆ ਤੇ ਉਹਨੂੰ ਘੋੜੀ ਖੜੀ ਕੀਤੀ। ਉਹ ਕਹਿੰਦਾ ਹੋਟਲ ਕਹਿੰਦਾ ਨਿਆਣੇ ਕਰ, ਉਹ ਕਹਿੰਦਾ ਇਹਨੇ ਮੈਨੂੰ ਗਾਲ ਕੱਢੀ ਚੌਧਰੀ, ਉਹ ਮੈਨੂੰ ਕਹਿੰਦਾ ਤੂੰ ਕਾਕਾ ਗਾਲ ਕੱਢੀ, ਮੈਂ ਕਿਹਾ ਇਹਨੇ ਮੈਨੂੰ ਪਹਿਲਾਂ ਕੱਢੀ ਆ, ਇਹਨੇ ਮੈਨੂੰ ਪਹਿਲਾਂ ਗਾਲ ਇਹਨੇ ਕੱਢੀ ਮੈਨੂੰ, ਫਿਰ ਮੈਂ ਇਹਨੂੰ ਕੱਢੀ, ਇਹਨੇ ਮੇਰੇ ਚਪੇੜ ਮਾਰੀਆਂ। ਉਹ ਮੈਨੂੰ ਕਹਿੰਦਾ ਗਾਲ ਹੁਣ ਤੇਰਾ, ਕਹਿੰਦਾ ਪਿੰਡ ਕਿਹੜਾ? ਮੈਂ ਕਿਹਾ ਮੇਰਾ ਪਿੰਡ ਰਾਸਤ ਕੋ, ਮੈਨੂੰ ਕਹਿੰਦਾ ਪੜੇ ਆ, ਮੈਂ ਕਹਿੰਦਾ ਅਸਲ ਗਾਲ ਸੁਣ ਤੇ ਰਾਸਤ ਕੋ, ਤੈਨੂੰ ਕਹਿੰਦਾ ਆਮ ਥਾਂ ਕਹਿੰਦੇ ਰਾਸਗੋਆ, ਰਾਸਗੋਆ ਤੈਨੂੰ ਰਾਸਗੋ, ਮੈਂ ਕਿਹਾ ਸਾਡੇ ਪਿੰਡ ਜਿਹੜਾ ਲੰਬੜਦਾਰ ਰਹਿੰਦ ਕਹਿੰਦਾ ਸੀ, ਉਹ ਪੁੱਛ ਕਹਿੰਦਾ ਕਾਕਾ ਜੇ ਕੋਈ ਪਿੰਡ ਦਾ ਨਾਂ ਪੁੱਛੇ ਤਾਂ ਰਾਸਗੋ ਦੱਸਣਾ, ਰਾਸਗੋ ਦੱਸਣਾ, ਰਾਸਗੋ ਹੈ ਨਾ ਕਹਿੰਦਾ ਰਾਸਗੋ ਕਹਿਣਾ। ਉਹ ਫਿਰ ਮੈਨੂੰ ਕਹਿੰਦਾ ਵਕੀਲ ਸਾਹਿਬ ਰਹਿਮਤ ਲਿਖਾ ਲੰਬੜ ਕੋ ਜਾ ਕੇ ਦੱਸੀ ਨਾ। ਅੱਛਾ, ਤਾਂ ਹੁਣ ਕੋਠੇ ਤੇ ਘਾੜੀ ਪਾ ਕੇ ਜਾਣਾ ਨਾਂ ਨੇ ਕਰਾਇਆ ਸੀ। ਅੱਛਾ ਜੀ, ਠੀਕ ਹੈ, ਗੁਲਾਮ ਕਾਲਖਾ ਚੌਧਰੀ ਹੁੰਦਾ ਸੀ, ਉਹਦਾ ਥਾਂ ਹੁੰਦਾ ਸੀ, ਉੱਥੇ ਆਪਣੀ ਜਗ੍ਹਾ ਬਣਵਾ ਤੇ, ਠੀਕ ਹੈ।
ਪਖੀਰਾਂ ਨੂੰ ਖਾਣ ਪੀਣ ਜੋ ਮਰਜ਼ੀ ਕਰਨ ਤੇ ਬਾਬੇ ਨਾਂ ਜੇ ਬਾਬੇ ਨਾਂ ਹੁੰਦਾ ਰਿਕਾਰਡ ਸਿਆ ਨੀ ਰਿਕਾਰਡ ਸਿਆ ਨੀ ਬਾਬਿਆਂ ਦੇ ਨਾਂ ਮੁਸਲਮਾਨ ਰਾਜਪੂਤ ਸੀਗੇ ਉਹਨਾਂ ਦਾ ਚੌਧਰੀਆਂ ਦਾ ਰਹਿਣ ਸਹਿਣ ਤੇ ਖਾਣ ਪੀਣ ਕਿਹੋ ਜਿਹਾ ਸੀ? ਕਿੱਥੇ? ਇੱਥੇ ਪਿੰਡ ਦੇ ਜਿਹੜੇ ਸੀਗੇ ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ? ਰਹਿਣ ਸਹਿਣ ਖਾਣ ਪੀਣ ਰਹਿਣ ਸਹਿਣ ਦੇ ਨਾ ਬਹੁਤ ਸ਼ਰਾਫਤ ਲੋਕ ਸਾਡੇ ਪਿੰਡ ਵਿੱਚ ਖਾੜਕੂ ਵੀ ਸਕੇ ਨਹੀਂ ਸ਼ਰਾਬ ਦੇ ਖਾੜਕੂ ਵੀ ਸਕੇ ਧੰਦੇ ਸਾਰ ਲੋਕ ਸਕਦੇ ਉਹ ਵੀ ਸਾਡੇ ਪਿੰਡ ਦੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਪੂਰਾ ਨਾਂ ਸੀ ਇਸ ਪਿੰਡ ਦਾ? ਮਾਧੋਪੁਰ ਦਾ ਕੋਈ ਵੀ ਚੌਧਰੀ ਮੰਜੇ ਤੇ ਬੈਠੇ ਹੋਣ ਤੇ ਪੁੰਜੇ ਬਹਿੰਦੇ ਨੇ ਚੌਧਰੀ ਸਾਹਿਬ ਸਲਾਮ ਚੌਧਰੀ ਮੰਜੇ ਤਾਂ ਭਰੇ ਬਹਿਣਾ ਸ਼ਾਮ ਪੈ ਗਈ ਸਾਰੇ ਪਿੰਡ ਜੇ ਸਾਡਾ ਵੀ ਪਿੰਡ ਵੀ ਹੋਰ ਵੀ ਜਿਹੜੇ ਮੁਸਲਮਾਨਾਂ ਦੇ ਥੋੜੇ ਇੱਥੇ ਵੀ ਘਰ ਸਕੇ ਚਮਿਆਰੀ ਚਮਿਆਰੀਆਂ ਦੇ ਉਹ ਫਿਰ ਸਾਰੇ ਢੱਡੇ ਇਕੱਠੇ ਹੋ ਗਏ ਸਨੌਰੇ ਇਕੱਠੇ ਟੱਡੀ ਫਿਰ ਕਈ ਤਾਂ ਰਹੇ ਆ ਇੱਥੋਂ ਫਿਰ ਕਾਫਲਾ ਤੁਰ ਕੇ ਨਾ ਛੱਡ ਕੇ ਗਿਆ ਇਸੇ ਨੂੰ ਕਿਸ਼ਨਗੜ੍ਹ ਨੂੰ ਸਾਡੇ ਬਜ਼ੁਰਗ ਦੱਸਦੇ ਆ ਵੀ ਜਦੋਂ ਅਸੀਂ ਆਏ ਆ ਤੇ ਇਹ ਸਾਨੂੰ ਦੂਜੇ ਪਾਸੇ ਪਿੰਡ ਦੀ ਸਾਡੇ ਗੱਡੇ ਨਗਾਏ ਆ ਟੱਡੀ ਸੀਗੇ ਉਦੋਂ ਇਹ ਸਨੌਰੇ ਚ ਬੈਠੇ ਸੀਗੇ ਸਾਡੇ ਕਹਿੰਦੇ ਗੱਡੇ ਜਿਹੜੇ ਆਏ ਨਾ ਕਾਫਲੇ ਦੇ ਉਹਨਾਂ ਨੇ ਪਿੰਡ ਦੇ ਦੂਜੇ ਪਾਸੇ ਨਗਾਏ ਤੁਸੀਂ ਪਹਿਲਾਂ ਆ ਗਏ ਬਾਅਦ ਚ ਗਏ ਮਤਲਬ ਇਦਾਂ ਆ ਗਏ ਤੇ ਜਿਹੜਾ ਬਗਿਆੜੀ ਜਾਂ ਉੱਥੇ ਗੜੀ ਕਹਿੰਦੇ ਬੜੇ ਕਤਲੇਆਮ ਹੋਇਆ ਸੀ ਉਹਦੇ ਬਾਰੇ ਦੱਸੋ ਗੜੀ ਜਾਂ ਬਗਿਆੜੀ ਮੁਸਲਮਾਨ ਇਕੱਠੇ ਕਰਕੇ ਬੜਾ ਕਤਲੇਆਮ ਕਰਤਾ ਸੀ ਉਹਦੇ ਬਾਰੇ ਪਤਾ ਹੀ ਇੱਥੇ ਤਾਂ ਕਾਫੀ ਵੱਡ ਮੁੱਖ ਹਾਂ 740 ਜੌੜਾ ਵੀ ਪਿਆ ਗੜੀ ਵੀ ਪਈ ਹੁਣ ਥੋੜਾ ਚਿਰ ਹੋਇਆ ਮਰਿਆ ਮੇਰਾ ਬਹੁਤ ਯਾਰ ਹੁੰਦਾ ਸੀ ਥੋੜੀ ਉਮਰ ਦਾ ਹੋਣਾ ਮਾਨਕਢੇਰੀ ਦੇ ਪੁਰਾਣਾ ਪਿੰਡ ਕਰਕੇ ਮਾਨਕਢੇਰੀ ਵਾਲੇ ਬਹੁਤ ਗਏ ਵੱਡਾ ਪਿੰਡ ਸੀ ਬਸਿੰਦਿਆਂ ਦਾ ਪਿੰਡ ਸੀ ਇਹ ਇਕੱਠੇ ਹੋ ਕੇ ਵਾਲੇ ਦਾ ਪਿੰਡ ਇਹਨੂੰ ਪੁੱਛੋ ਪਿੰਡ ਨੂੰ ਪਿੰਡ ਦੇ ਕੋਈ ਕਤਲ ਵੀ ਹੋਇਆ ਇਸ ਪਿੰਡ ਚ ਆਪਣੇ ਪਿੰਡ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਚੋਂ ਵੀ ਕੋਈ ਮਾਰਿਆ ਗਿਆ ਨਹੀਂ ਅਗਲੀ ਗੱਲ ਜਦੋਂ ਉਹ ਮੁਸਲਮਾਨ ਚਲੇ ਗਏ ਤੇ ਮਾਧੋਪੁਰ ਤੇ ਮਾਨਕਢੇਰੀ ਵਾਲੇ ਨੇ ਸਾਡੇ ਪਿੰਡ ਚ ਫੇਰ ਕੀ ਕੀਤਾ? ਕੀ ਕੀਤਾ ਉਦੋਂ ਇਹਨਾਂ ਨੇ ਕੀ ਲੁੱਟਿਆ ਆਪਣੇ ਪਿੰਡ? ਜਿਹੜਾ ਸਗੋਂ ਪੈਸਾ ਧੇਲਾ ਉਹ ਤਾਂ ਲੈ ਗਏ ਹੋਣਗੇ ਜਾ ਕੇ ਰਹਿ ਵੀ ਗਿਆ ਹੋਊਗਾ ਬਾਕੀ ਜੋ ਮਾਲ ਸੀ ਉਹਨੇ ਲੁੱਟਿਆ ਰੇੜ ਪਧੇੜ ਕੋਠੇ ਇੱਟਾਂ ਬੱਟਾਂ ਜੋ ਸੀ ਉਹਨਾਂ ਨੇ ਮੰਜੇ ਖਿੜੀਆਂ ਸਭ ਇਹ ਕਹਿੰਦੇ ਸਕੂਲ ਵੀ ਸਾਡਾ ਉਧੇੜ ਕੇ ਲੈ ਗਿਆ ਸੀ ਜ਼ਿਆਦਾ ਗਿਆ ਮਾਧੋਪੁਰ ਮਾਲ ਮਾਧੋਪੁਰ ਇਹਨੂੰ ਪੁੱਛੋ ਕਿੱਥੇ ਪੜ੍ਹਦੇ ਸੀ ਤੁਸੀਂ? ਤੁਸੀਂ ਵੀ ਕੋਈ ਪੜ੍ਹਾਈ ਕੀਤੀ ਆ? ਹੈ ਪੜ੍ਹਾਈ ਕੀਤੀ ਕੁਝ ਫਿਰ ਮੈਂ ਹਾਂਜੀ ਨਹੀਂ 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 ਠੀਕ ਹੈ ਜੀ ਪੜ੍ਹ ਕੇ ਮਗਰੋਂ ਸਰਤਾਜ ਤੇ ਬਾਂਧਣਾ ਤਾਂ ਪੰਜਾਬੀ ਪੜ੍ਹੇ ਆ ਉਹ ਸੁੱਟ ਦੇ ਜਾਣਾ ਤੇ ਇਹ ਪੁੱਛੂ ਤੁਹਾਡੇ ਕੋਲ ਸਾਥੀ ਕਿਹੜੇ ਸੀ ਹਾਣ ਦੇ? ਹਾਂ ਤੁਹਾਡੇ
ਤੁਹਾਡੇ ਜਿਹੜੇ ਹਾਣੀ ਮੁਸਲਮਾਨ ਕੋ ਨਾਂ ਲਓ ਦੋ ਚਾਹੁੰਦੇ ਹਾਣੇ ਤਾਂ ਉੱਥੇ ਬਥੇਰੇ ਸੀ ਜਿਹੜੇ ਮੇਰੇ ਯਾਰ ਸੀ ਨਾ ਦੋ ਤਿੰਨ ਉਹ ਮਰ ਗਏ ਆ ਮੈਨੂੰ ਕਹਿੰਦੇ ਸਾਡੀ ਉਮਰ ਕਿੰਨੀ ਕਵਾ ਮੈਂ ਕਿਹਾ ਤੂੰ ਕੀ ਕਹਿਣਾ ਉਮਰ ਨੂੰ ਕੋਈ ਗੱਲ ਦੱਸ ਵੀ ਤੈਨੂੰ ਕਹਿੰਦਾ ਮੈਂ ਪਿਛਲੀਆਂ ਨਿਸ਼ਾਨੀਆਂ ਪੁੱਛਣੀਆਂ ਮੈਂ ਕਿਹਾ ਤੂੰ ਆਇਆ ਕਿੱਥੋਂ ਕਹਿੰਦਾ ਮੈਂ ਪਾਕਿਸਤਾਨ ਚੋਂ ਆਇਆ ਮੈਂ ਕਿਹਾ ਤੇਰਾ ਤਾਂ ਜਨਮ ਵੀ ਕਿਤੇ ਉੱਧਰ ਲਾਇਆ ਇੱਥੇ ਤੂੰ ਜੰਮਿਆ ਨਹੀਂ ਗਾ ਤੂੰ ਪਰਦੇਸ ਛੋੜੇ ਤੈਨੂੰ ਮੇਰਾ ਮੈਂ ਕਹਿੰਦਾ ਪੁੱਛ ਕੇ ਆਇਆ ਸੀ ਪੁੱਛ ਕੇ ਆਇਆ ਸੀ ਭਾਈ ਮੈਂ ਉੱਥੇ ਮਿਲਾਂ ਤਾਂ ਕਿਹਨੂੰ ਮਿਲਾਂ ਨਾਸ ਨੂੰ ਮੈਨੂੰ ਮੈਂ ਕਿਹਾ ਤੈਨੂੰ ਕਹਿੰਦਾ ਦੱਸਿਆ ਸੀਗਾ ਮੈਨੂੰ ਤਾਬਲਾ ਖਾਨ ਦੱਸਿਆ ਤੇ ਗੋਲੇ ਖਾਨ ਮੈਂ ਕਿਹਾ ਦੱਸ ਪਰ ਤੂੰ ਕਿਹੜੇ ਟੱਬਰ ਚੋਂ ਆ ਮੈਂ ਕਹਿੰਦਾ ਗੰਡੀਆਂ ਟੱਬਣਾ ਤੇਰੇ ਬਾਬਿਆਂ ਦਾ ਕੀ ਨਾਂ ਸੀ ਬਾਬੇ ਕਹਿੰਦਾ ਦੋ ਭਰਾ ਸਕੇ ਸੀ ਬੜੇ ਨਾਲ ਸਕੇ ਗੁਲਾਮ ਸੁਣ ਮੈਂ ਕਿਹਾ ਮੈਂ ਗੱਲ ਸੁਣ ਉਹਦਾ ਗਰੰਟੀ ਸੀਗੇ ਕਹਿੰਦਾ ਆਹੋ ਤੂੰ ਜਾਣਦਾ ਮੈਂ ਕਿਹਾ ਮੁਕੱਦਮਾ ਚੱਲਦਾ ਸੀ ਅੱਛਾ ਸਾਡਾ ਬਾਬਾ ਜੀ ਜਿਹੜਾ ਨਾ ਉਹਦੇ ਚਾਚੀ ਹੁੰਦੇ ਸੀ ਰੰਡੇ ਇਹਨਾਂ ਪਿੰਡ ਸੀ ਗਰੰਡੀਆ ਗਰੰਡਾ ਜਿਹੜਾ ਗਲਿੰਡ ਸੀ ਇਹ ਵੀ ਮੁਸਲਮਾਨਾਂ ਦਾ ਪਿੰਡ ਸੀਗਾ ਇਹ ਗਲਿੰਡ ਵਾਲੇ ਸੀਗੇ ਅੱਛਾ ਅੱਛਾ ਗਲਿੰਡੀਏ ਅੱਛਾ ਤਰੀ ਗਲਿੰਡੀਏ ਕਹਿੰਦੇ ਸੀ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਉਹ ਗਲਿੰਡੀਏ ਜਿਹੜੇ ਸੀ ਇੱਥੇ ਪਿੰਡ ਦੇ ਜਵਾਈ ਆ ਕੇ ਜਵਾਈ ਸੀ ਇਸ ਪਿੰਡ ਦਾ ਆ ਕੇ ਬਸਿਆ ਗਲਿੰਡੀਆ ਥੜਾ ਬਣਾਇਆ ਨਾ ਥੜਾ ਮਕਾਨ ਪੈਸੇ ਮਾਸਟਰ ਉਹ ਪੜਾਉਂਦੇ ਕਿੱਥੇ ਸੀਗੇ ਇਹਨਾਂ ਨੂੰ ਪਤਾ ਹੋਣਾ ਇੱਕ ਮਿੰਟ ਉਹ ਕੋਈ ਆਪਣੇ ਪਿੰਡ ਵਾਲੇ ਜਿਹੜੇ ਮਾਸਟਰ ਪੜਾਉਂਦੇ ਹੁੰਦੇ ਉਹਨਾਂ ਦਾ ਨਾਂ ਇੱਕ ਦੋ ਦਾ ਜਿਹੜਾ ਪੜਾਉਂਦੇ ਹੁੰਦੇ ਹਾਂ ਜਿਹੜੇ ਸਕੂਲ ਚ ਕੋਈ ਮਾਸਟਰਾਂ ਦਾ ਨਾਂ ਹਾਂ ਸਾਡੇ ਪਿੰਡ ਦਾ ਤਾਂ ਮਾਸਟਰ ਨਹੀਂ ਸੀ ਕੋਈ ਵੀ ਠੀਕ ਹੈ ਜੀ ਇੱਥੇ ਸੀਗਾ ਹਾਂ ਬਰਾਮ ਦਾ ਤਫਾਲ ਤਫਾਲ ਅੱਛਾ ਜੀ ਤਫਾਲ ਮਨ ਤਫਾਲ ਹੋ ਗਿਆ ਜਾਦਾ ਮਰਾਸੀ ਸੀਗਾ ਅੱਛਾ ਜੀ ਅੱਛਾ ਠੀਕ ਹੈ ਇੱਕ ਸੀਗਾ ਥੋੜੀਆਂ ਜਮਾਤਾਂ ਹੁੰਦੀਆਂ ਸੀ ਫੇਰ ਇੱਥੇ ਰਹੇ ਆ ਇੱਕ ਹੋਰ ਮਾਸਟਰ ਨਾਂ ਨੀ ਭੁੱਲ ਗਿਆ ਮੈਨੂੰ ਫਿਰ ਭਗਤ ਸਿੰਘ ਸੀਗਾ ਤੇ ਕੀ ਸੀਗਾ ਇੱਕ ਮਾਧੋਪੁਰ ਵਾਲਾ ਜਿਹੜਾ ਪੰਡਿਤ ਉਹ ਵੀ ਪੜਾਉਂਦਾ ਰਿਹਾ ਸੀ ਮਾਧੋਪੁਰ ਵਾਲਾ ਪੰਡਿਤ ਵੀ ਅਖੀਰ ਤੇ ਪੜਾਇਆ ਜਿਹੜਾ ਆਪਣੇ ਪਿੰਡ ਸਕੂਲ ਲੈ ਗਿਆ ਸੀ ਚੱਕ ਕੇ ਮਾਧੋਪੁਰ ਵਾਲਾ ਕਿਹੜਾ ਪੰਡਿਤ 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 ਹਾਂ ਉਧਰੋਂ ਆਏ ਸੀਗੇ ਅੱਛਾ ਜੀ ਸਾਡੇ ਮੈਂ ਗਜ਼ਟੀਆ ਲੈ ਕੇ ਆਇਆ ਜਲੰਧਰ ਤੋਂ 1904 ਦੇ ਵਿਚ ਵੀ ਸਾਡੇ ਪਿੰਡ ਚ ਰਿਕਾਰਡ ਚ ਪ੍ਰਾਇਮਰੀ ਸਕੂਲ ਹੈਗਾ 1904 ਚ ਪੁਰਾਣੇ ਸਕੂਲਾਂ ਚ ਠੀਕ ਉਹ ਬੰਦੇ ਕਿੰਨੇ ਕੁ ਚੰਗੇ ਸੀ ਪੁੱਛੋ ਜੀ ਉਹ ਚੇਤੇ ਆਉਂਦੇ ਆ ਇਹ ਕਹਿੰਦੇ ਵੀ ਯਾਰ ਚੇਤੇ ਆਉਂਦੇ ਆ ਯਾਰ ਕੀ ਉਹ ਤੇਰੇ ਯਾਰ ਤੈਨੂੰ ਚੇਤੇ ਆਉਂਦੇ ਆ ਯਾਰ ਬੜੇ ਚੇਤੇ ਆਉਂਦੇ ਬਹੁਤ ਚੇਤੇ ਆਉਂਦੇ ਆ ਤਾਬਲਾ ਕਾ ਜਮਾ ਦਾ ਗੁਆਂਢੀ ਸੀ ਯਾਰ ਅੱਛਾ ਅੱਛਾ ਜਦੋਂ ਫਿਰ ਨਾ ਤੂੰ ਤੈਨੂੰ ਪਤਾ ਲੱਗਾ ਹੋ ਜਾਣਾ ਵਾਕਫ ਕਿੱਥੋਂ ਹੋ ਨਿਕਲੇ ਆਪਣਾ ਜਾਂਦਾ ਹੁੰਦਾ ਬਚੇਨ ਸਿੰਘ ਹਾਂਜੀ ਬਚੇਨ ਸਿੰਘ ਬਚੇਨ ਸਿੰਘ ਕਿਹੜਾ ਪਿੰਡ ਆ ਕਹਿੰਦਾ ਭੱਟੀਆਂ ਭੱਟੀਆਂ ਕਹਿੰਦਾ ਉਹ ਭੱਟੀਆਂ ਇੱਕ ਤਾਂ ਰਾਸ ਗੋਨਾ ਸਰਦਾਰ ਜੀ ਕਹਿੰਦਾ ਸਾਡਾ ਬਸੇਵਾ ਇਕੱਠਾ ਆ
ਕਹਿੰਦਾ ਉੱਥੇ ਕਿਸੇ ਨੇ ਜਾਣਦੇ ਕਹਿੰਦਾ ਸਾਡੇ ਬੰਨੇ ਉਹ ਚਾਵਲਾ ਕਹਿੰਦੇ ਵੀ ਨਾਥ ਦਾ ਪਤਾ ਨਾਥ ਕਹਿੰਦਾ ਸਾਡੇ ਕੋਲ ਰਹਿੰਦਾ ਸਾਧੂ ਫੌਜੀ ਦਾ ਕਹਿੰਦਾ ਸਾਡੇ ਕੋਲ ਰਹਿੰਦਾ ਆ ਉੱਥੇ ਬਤਾਲੀਆਂ ਚਿੱਠੀਆਂ ਚਿੱਠੀਆਂ ਆਉਣ ਲੱਗੀਆਂ ਚਿੱਠੀਆਂ ਉਹ ਕਿੱਥੇ ਕਿੱਥੇ ਜਾ ਕੇ ਬੈਠੇ ਪਤਾ ਨਹੀਂ ਫੋਟੋ ਖਿੱਚ ਕੇ ਗਿਆ ਜੀ ਸਾਰਿਆਂ ਦੀਆਂ ਅੱਛਾ ਕੋਈ ਪਤਾ ਜੀ ਕਿੱਥੇ ਬੈਠੇ ਆ ਉਹ ਜਾ ਕੇ ਉਹ ਕਿੱਥੇ ਜਾ ਕੇ ਬੈਠੇ ਕੋਈ ਪਤਾ ਇੱਥੇ ਵਾਲੇ ਬੰਦੇ ਕਿਹੜੇ ਸਾਡੇ ਪਿੰਡ ਦੇ ਹਾਂ ਸੁਲਤਾਨ ਲਿਖਾ ਲੰਬੜਦਾਰ ਰਹਿਮਦ ਲਿਖਾ ਲੰਬੜਦਾਰ ਨਾ ਸੁਲਤਾਨ ਲਿਖਾ ਤਾਂ ਵਜੀਰ ਲਿਖਾ ਲੰਬੜਦਾਰ ਇਹ ਜ਼ਿਲ੍ਹਾ ਸਿਆਲਕੋਟ ਚ ਪਿੰਡ ਬੀਰਨ ਡਾਕਾ ਲੋਕਾਂ ਕੇ ਕਮਾਲ ਦੀ ਗੱਲ ਹੈ ਤੁਹਾਡੇ ਕਿਹੜੇ ਯਾਰ ਸੀਗੇ ਜੀ ਮੇਰਾ ਯਾਰ ਕੋਈ ਨੀ ਅੱਛਾ ਇਹਨਾਂ ਬਾਰੇ ਪੁੱਛੋ ਜੀ ਜਿਹੜੇ ਸਬ ਜੱਜ ਸੀਗੇ ਅੰਦਰ ਵਿਸਾਖੀ ਰਾਮ ਨੇ ਪੜਿਆ ਆ ਉਹ ਜਿਹੜੀ ਕੁੜੀ ਦਾ ਨਾਂ ਵੀ ਪੜਿਆ ਉਹਦੇ ਬਾਪ ਦਾ ਨਾਂ ਵੀ ਉਹ ਲਿਖਿਆ ਬੀ ਏ ਸਬ ਜੱਜ ਸਬ ਜੱਜ ਸਬ ਜੱਜ ਸੀਗਾ ਨਾ ਜਿਹੜਾ ਇੱਥੇ ਸਹੁਰਿਆਂ ਤੋਂ ਉਹਦੇ ਘਰ ਵਾਲੀ ਉਹਦੀ ਯਾਦ ਚ ਕੁੜੀ ਆ ਕੁੜੀ ਲੜਕੀ ਉਹਦੀ ਯਾਦ ਚ ਬਹੁਤ ਵਧੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਚਲੋ ਠੀਕ ਹੈ ਤੁਰ ਕੇ ਉਹ ਸਿਰੇ ਤੱਕ ਐਡੇ ਬੜੇ ਦਲਦਾਰ ਸਰਦਾਰ ਅਹਿਮਦ ਤਿੰਨੇ ਭਰਾ ਦਲਦਾਰ ਸਰਦਾਰ ਸਰਦਾਰ ਅਹਿਮਦ ਵਾਹ ਜੀ ਵਾਹ ਇਹ ਵੀ ਰਾਜਪੂਤ ਹੀ ਸੀਗੇ ਰਾਜਪੂਤ ਸੀਗੇ ਵੱਡੇ ਘਰ ਸੀ ਕਾਫੀ ਉਹਨਾਂ ਦੇ ਸੋਹਣੇ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਗੁਰਮੇਲ ਸਿੰਘ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਪਿੰਡ ਦਾ ਨਾਂ ਜੀ ਰਾਸਤਗੋ ਠੀਕ ਹੈ ਜੀ ਇਹਦਾ ਅਰਥ ਦੱਸੋਗੇ ਜੀ ਇਹ ਫਾਰਸੀ ਦਾ ਲਫ਼ਜ਼ ਹੈ ਜੀ ਜੀ ਇਹਦਾ ਮਤਲਬ ਸੱਚ ਦੇ ਰਾਹ 'ਤੇ ਚੱਲਣ ਵਾਲਾ ਕਿਹਾ ਜਾਂਦਾ ਕਿ ਇੱਥੇ ਜਿਹੜੇ ਬਹੁਤ ਪੁਰਾਣੇ ਮੁਸਲਮਾਨ ਵਗੈਰਾ ਰਹਿੰਦੇ ਸੀ ਜੀ ਉਹ ਕਿਸੇ ਲੜਕੇ ਨੇ ਕੋਈ ਗੁਨਾਹ ਕਰਤਾ ਤਾਂ ਉਹਦਾ ਚਸ਼ਮਦੀਨ ਗਵਾਹ ਜਿਹੜਾ ਆਈ ਵਿਟਨੈਸ ਸੀ ਉਹਦਾ ਫਾਦਰ ਸੀ ਜੀ ਅਗਰ ਉਹ ਗਵਾਹੀ ਦੇ ਦਿੰਦਾ ਸੀ ਪੂਰੀ ਤਾਂ ਉਹਨੂੰ ਸਜ਼ਾ ਹੁੰਦੀ ਸੀ ਅਗਰ ਮੁੱਕਰ ਜਾਂਦਾ ਸੀ ਤਾਂ ਉਹ ਬਰੀ ਹੋ ਜਾਂਦਾ ਜੀ ਪਰ ਉਸ ਬਜ਼ੁਰਗ ਨੇ ਸੱਚੋ ਸੱਚ ਸਾਰਾ ਬੋਲਿਆ ਅਤੇ ਜਿਹੜਾ ਹਾਕਮ ਸੀ ਉਸ ਹਾਕਮ ਨੇ ਕਿਹਾ ਵੀ ਇਹ ਤਾਂ ਕੋਈ ਰਾਸਤ ਕੋ ਲੋਕ ਆ ਫਾਰਸੀ ਦਾ ਰਸਤੇ ਉਸ ਤੋਂ ਇਸ ਪਿੰਡ ਦਾ ਨਾਂ ਰਾਸਤ ਕੋ ਪੈ ਗਿਆ ਸੱਚ ਦੇ ਰਾਹ ਤੇ ਚੱਲਣ ਵਾਲਾ ਸੱਚ ਦੇ ਰਾਹ ਚੱਲਣਾ ਇਹ ਮੁਸਲਮਾਨ ਜਿਹੜੇ ਰਾਜਪੂਤ ਮੁਸਲਮਾਨਾਂ ਦਾ ਪਿੰਡ ਸੀ ਬੜਾ ਵੱਡਾ ਪਿੰਡ ਸੀ ਇਸ ਏਰੀਆ ਦਾ ਸਭ ਤੋਂ ਵੱਡਾ ਪਿੰਡ ਸੀਗਾ ਜੀ ਜੀ ਅਤੇ ਦੂਜਾ 47 ਵਿੱਚ ਉਹ ਸਾਰੇ ਚਲੇ ਗਏ ਇੱਥੇ 4 ਮਸਜਿਦਾਂ ਸੀ ਜੀ ਜੀ 3 ਮੇਲੇ ਇੱਥੇ ਲੱਗਦੇ ਸੀ ਹਜੇ ਵੀ ਉਹ ਲੱਗਦੇ ਨੇ ਅਤੇ ਬੜਾ ਉੱਚਾ ਪਿੰਡ ਸੀ ਅਤੇ ਉਦੋਂ ਫਿਰ ਬਾਅਦ 'ਚ ਜਦੋਂ ਅਸੀਂ ਆਏ ਤਾਂ ਇੱਥੇ ਤਕਰੀਬਨ ਖੋਲ੍ਹੇ ਸੀ ਤਾਂ ਉਹ ਫਿਰ ਕਹਿਰੋਂ ਵੇਲੇ ਨੂੰ ਮਾਡਲ ਗ੍ਰਾਮ ਵਿਲੇਜ ਬਣਾ ਦਿੱਤਾ ਗਿਆ ਅਤੇ ਸਾਡੇ ਹੁਣ ਜਿਹੜੇ ਪਲਾਟ ਆ 40 ਬਾਈ 80 ਫੁੱਟ ਦੇ ਪਲਾਟ ਆ 16-16 ਫੁੱਟ ਚੌੜੀਆਂ ਗਲੀਆਂ ਆ ਅਤੇ ਸਾਰਾ ਪਿੰਡ ਬੜਾ ਸੋਹਣਾ ਡਿਵੈਲਪ ਬਣਿਆ ਪਲੱਸ 1 ਪਲੱਸ 2 ਸਕੂਲ ਵੀ ਹੈਗਾ ਅਤੇ ਇੱਥੇ ਅਸੀਂ ਇੱਕ ਤਾਂ ਢਿੱਲੋਂ ਰਹਿੰਦੇ ਹਾਂ ਜੀ ਅਸੀਂ ਮਾਨਕੋ ਤੋਂ ਦਿਅੰਤਪੁਰ ਤੋਂ ਢਿੱਲੋਂ ਹਾਂ ਸਾਡਾ ਇੱਕ ਘਰ ਉੱਥੇ ਆ ਗਿਆ ਸੀ ਅਤੇ ਬਾਕੀ ਸਾਰੇ ਮਾਨਕੇ ਦੇ ਢਿੱਲੋਂ ਹਾਂ ਅਤੇ ਕੁਛ 2 ਘਰ ਸਾਡੇ ਪੰਡੋਰੀ ਨਿੱਜਰਾਂ ਤੋਂ ਆਇਆ ਸੀ ਉਹ ਨਿੱਜਰ ਪਰਿਵਾਰ ਅਤੇ 10 ਕੁ ਘਰ ਸਾਡੇ ਭੰਗੂਆਂ ਦੇ ਆ ਇਹ ਜਿਹੜੇ ਅੰਮ੍ਰਿਤਸਰ ਤੋਂ ਨੇ ਅਤੇ ਬੇਸਿਕਲੀ ਇਹ ਵੀ ਉੱਧਰੋਂ ਲਾਇਲਪੁਰ ਤੋਂ ਆਏ ਆ ਖਿਆਲਾ ਕਲਾਂ ਤੋਂ ਆਏ ਆ ਇਹ ਗਿਆਨੀ ਕਰਤਾਰ ਸਿੰਘ ਦੇ ਸਹੁਰਿਆਂ ਦਾ ਗੋਤ ਸੀਗਾ ਇਸ ਕਰਕੇ ਉਹਨਾਂ ਨੇ ਇਹ ਇੱਥੇ 54 ਪਿੰਡਾਂ 'ਚ ਉਹਨਾਂ ਦੀ ਅਲੋਟਮੈਂਟ ਆਈ ਆ ਇੱਕ ਛੋਟੀ ਜਿਹੀ ਫਿਰ ਦੱਸਦਾ ਇੱਕ ਸਾਡੇ ਇੱਕ ਨਿਰੰਜਨ ਸਿੰਘ ਪੰਛੀ ਹੁੰਦਾ ਸੀ ਉਹ ਲਿਖਦਾ ਹੁੰਦਾ ਸੀ ਉਹਨੂੰ ਲਿਖਣ ਦਾ ਸ਼ੌਂਕ ਹੁੰਦਾ ਸੀ ਉਹਨ ਰਾਸਤਕੋ ਬਾਰੇ 4 ਕੁ ਲਾਈਨਾਂ ਲਿਖੀਆਂ ਸੀ ਸਾਡਾ ਇੱਕ ਤਾਇਆ ਸੀ ਉਹਨੂੰ ਖੁੰਡ ਕਰਕੇ ਉਹਦਾ ਤਖੱਲਾ ਸੀਗਾ ਅਤੇ ਉਹਨੂੰ ਸਾਹਿਬ ਵੀ ਕਹਿੰਦੇ ਸੀ ਅਤੇ ਉਹਨੂੰ ਲਿਖਿਆ ਸੀ ਵੀ ਦੇਖ ਲਈਆਂ ਸਾਹਿਬ ਰਾਸਗੋਆਂ ਤੇਰੀਆਂ ਪਿੰਡ 'ਚ ਮਕਾਨ ਕੋਈ ਨਾ ਖੂਹਾਂ 'ਤੇ ਸਮਾਨ ਕੋਈ ਨਾ ਚਾਹੀ ਨੂੰ ਔੜ ਲੱਗ ਗਈ ਬਰਾਨੀ ਨੂੰ ਚੂਹਾ ਖਾ ਗਿਆ ਦੇਖ ਲਈਆਂ ਸਾਹਿਬ ਰਾਸਗੋਆਂ ਤੇਰੀਆਂ ਫਿਰ ਸਾਡੇ ਪਿੰਡ 3 ਖੱਤਰੀਆਂ ਦੇ ਘਰ ਸੀ ਉਹਦੇ ਬਾਰੇ ਉਹਨੂੰ ਮੈਨੂੰ ਲਾਈਨਾਂ ਯਾਦ ਆ ਉਹਨੂੰ ਲਿਖਿਆ ਸੀ ਵੀ ਇੱਕ ਸੀ ਬਿੱਲਾ ਮਲ ਬਿੱਲਾ ਮਲ ਸ਼ਹਿ ਲਾ ਕੇ ਚਮਿਆਰੀ ਬਹਿ ਗਿਆ ਉਹ ਚਮਿਆਰੀ ਜਾ ਕੇ ਲੁੱਕ ਗਿਆ
ਖਰੈਤੀ ਲੁੱਟ ਪੁੱਟ ਹੋ ਕੇ ਰਾਸਗੋਂ ਹੀ ਰਹਿ ਗਿਆ ਜੀ। ਅਮਰ ਚੰਦ ਹੁਣੀ ਪਾਈਆਂ ਫੇਰੀਆਂ ਦੇਖ ਲਈਆਂ ਸਾਹਿਬ ਰਾਸਗੋਂ ਤੇਰੀਆਂ ਇੱਦਾਂ ਦੀ ਬੜੀ ਵਧੀਆ। ਉਹ ਨਰਿੰਜਣ ਸਿੰਘ ਪੰਛੀ ਸੀ, ਅੱਜ ਕੱਲ੍ਹ ਉਹਦਾ ਲੜਕਾ ਜਗਰਾਓਂ ਕੋ ਕਿਤੇ ਜਾ ਕੇ ਇੱਥੋਂ ਜ਼ਮੀਨ ਵੇਚ ਕੇ ਚਲੇ ਗਏ, ਉੱਧਰ ਰਹਿੰਦੇ ਆ ਜੀ। ਤੇ ਹੁਣ ਇੱਦਾਂ ਦੀ ਕੱਪੜੇ ਹੈਗੇ ਢਿੱਲੋਂ ਜੀ ਸੀ, ਢਿੱਲੋਂ ਢਿੱਲੋਂ ਸੀ ਸਾਰੇ ਮਾਨਕੀ ਹੈ ਢਿੱਲੋਂ। ਠੀਕ ਠੀਕ, ਚਲੋ ਠੀਕ ਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ। ਮਿਹਰਬਾਨੀ ਜੀ।